ਅਸੀਂ ਇੱਥੇ ਗਵਰਨਰ ਸਾਹਿਬ ਨੂੰ ਸੁੱਤਿਆਂ ਨੂੰ ਜਗਾਉਣ ਲਈ ਰਾਤ ਨੂੰ ਆਏ ਆ ਕਿਉਂਕਿ ਦਿਨੇ ਤਾਂ ਸਾਰੇ ਆ ਜਾਂਦੇ ਆ ਰਾਤ ਨੂੰ ਇੱਕ ਜਿਹੜੀ ਸੁੱਤੀ ਸਰਕਾਰ ਆ ਜਿਹੜੇ ਸੁੱਤੇ ਅਹੁਦੇਦਾਰ ਆ ਉਹਨਾਂ ਨੂੰ ਜਗਾਉਣ ਲਈ ਆਏ ਆ ਕਿ ਤੁਸੀਂ ਚਾਹੇ ਸੁੱਤੇ ਪਏ ਹੋ ਪਰ ਦੇਸ਼ ਦਾ ਕੋਈ ਵਿਦਿਆਰਥੀ ਦੇਸ਼ ਦਾ ਕੋਈ ਨੌਜਵਾਨ ਦੇਸ਼ ਦਾ ਕੋਈ ਕਿਸਾਨ ਦੇਸ਼ ਦਾ ਕੋਈ ਮਜ਼ਦੂਰ ਵਪਾਰੀ ਮੁਲਾਜ਼ਮ ਕੋਈ ਵੀ ਸੌ ਨਹੀਂ ਰਿਹਾ ਸਭ ਨੂੰ ਆਪਦੇ ਦੇਸ਼ ਦਾ ਫਿਕਰ ਆ ਕਿ ਕਿਸ ਤਰੀਕੇ ਸਾਡੇ ਅੰਨਦਾਤਾ ਦੇ ਨਾਲ ਧੱਕਾ ਹੋ ਰਿਹਾ ਸੋ ਇਹ ਤੋਂ ਵੱਧ ਨਿੰਦਣਯੋਗ ਘਟਨਾ ਬੀਜੇਪੀ ਨਹੀਂ ਕਰ ਸਕਦੀ ਸੀ ਜੋ ਇਹਨਾਂ ਨੇ ਅੱਜ ਕੀਤੀ ਇੱਕ ਬੜਾ ਸਵਾਲ ਅਹਿਮ ਹੈਗਾ ਬੀਜੇਪੀ ਦੇ ਲੀਡਰ ਕਹਿੰਦੇ ਨੇ ਕਿ ਇਹ ਰਾਜਨੀਤਿਕ ਟੂਰਿਜ਼ਮ ਹੋ ਰਿਹਾ ਯੂਪੀ ਦੇ ਵਿੱਚ ਜੋ ਵੀ ਲੀਡਰ ਗਏ ਤੁਹਾਡੇ ਵੀ ਅਕਾਲੀ ਦਲ ਤੋਂ ਵੀ ਕਈ ਸਾਰੇ ਲੀਡਰ ਦਾ ਡੈਲੀਗੇਸ਼ਨ ਰਾਜਨੀਤਿਕ ਟੂਰਿਜ਼ਮ ਰਾਜਨੀਤਿਕ ਟੂਰਿਜ਼ਮ ਦੇ ਵਿੱਚ ਬੀਜੇਪੀ ਦਾ ਸਵਾਗਤ ਹੈ ਸਾਰੇ ਮੰਤਰੀ ਆਉਣ 10 ਮਹੀਨੇ ਤੋਂ ਕਿਸਾਨ ਉੱਥੇ ਬੈਠੇ ਆ ਮੀਂਹ 'ਚ ਉੱਥੇ ਬੈਠੇ ਗਰਮੀ 'ਚ ਉੱਥੇ ਬੈਠੇ ਠੰਡ 'ਚ ਉੱਥੇ ਬੈਠੇ ਇਹਨਾਂ ਦੇ ਮੰਤਰੀ ਆਉਣ ਇਹਨਾਂ ਦਾ ਸਵਾਗਤ ਆ ਉਸ ਟੂਰ 'ਤੇ ਆ ਕੇ ਉਹਨਾਂ ਛੱਪਰਾਂ ਦੇ ਵਿੱਚ ਉੱਥੇ ਰਾਤ ਕੱਟਣ ਮੱਛਰਾਂ ਦੇ ਨਾਲ ਕਬੱਡੀਆਂ ਖੇਡਣ ਅਤੇ ਇਹ ਉਸ ਟੂਰ ਨੂੰ ਇੰਜੋਏ ਕਰ ਲੈਣ ਅਸੀਂ ਕਦੋਂ ਕਹਿੰਦੇ ਹਾਂ ਠੀਕ ਹੈ ਜਿਹੜਾ ਇਹ ਰਾਜ ਅੱਜ ਬੀਜੇਪੀ ਘਬਰਾ ਚੁੱਕੀ ਹੈ ਇਹ ਤਿੰਨ ਕਾਲੇ ਕਾਨੂੰਨਾਂ ਤੋਂ ਉਹਨਾਂ ਨੂੰ ਸਮਝ ਨਹੀਂ ਆ ਰਹੀ ਦੇਸ਼ ਦੇ ਵਿੱਚ ਸਾਰਾ ਦੇਸ਼ ਇੱਕਮੁੱਠ ਹੁੰਦਾ ਜਾ ਰਿਹਾ ਵਿਰੋਧੀ ਪਾਰਟੀਆਂ ਇੱਕਮੁੱਠ ਹੋ ਰਹੀਆਂ ਪੰਜਾਬ ਤੋਂ ਇੱਕ ਚੰਗਿਆੜੀ ਭੜਕੀ ਉਹਨੇ ਦੇਸ਼ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਕਿ ਕਿਸ ਤਰੀਕੇ ਦੇ ਨਾਲ ਇਹ ਤਿੰਨ ਕਾਲੇ ਕਾਨੂੰਨ ਦੇਸ਼ ਨੂੰ ਇੱਕ ਢਾਹ ਲਾਉਣਗੇ ਦੇਸ਼ ਨੂੰ ਬਰਬਾਦ ਕਰ ਦੇਣਗੇ ਤਾਂ ਬੀਜੇਪੀ ਹੁਣ ਕਿਸੇ ਨਾ ਕਿਸੇ ਤਰੀਕੇ ਆਪਦੀ ਕਈ ਗੱਲ ਤੋਂ ਵਾਪਸ ਨਹੀਂ ਮੁੜਨਾ ਚਾਹੁੰਦੀ ਮੈਂ ਉਹੀ ਕਹਿ ਰਿਹਾ ਇਹ ਕੋਈ ਐਕਸੀਡੈਂਟ ਨਹੀਂ ਇਹ ਕਤਲ ਹੈ ਇਹ ਜਾਣ ਬੁੱਝ ਕੇ ਕਿਸਾਨਾਂ ਦੇ ਉੱਤੇ ਗੱਡੀ ਚੜਾਈ ਗਈ ਆ ਇਹਦੀ ਇੱਕ ਸਾਜ਼ਿਸ਼ ਦਾ ਪਤਾ ਕਰਨਾ ਚਾਹੀਦਾ ਕਿ ਕਿਉਂ ਕੀ ਕਾਰਨ ਸੀਗਾ ਕਿ ਜਿਹੜਾ ਉਹਨਾਂ ਦੇ ਮੰਤਰੀ ਨੇ ਪਹਿਲਾਂ ਉਕਸਾਇਆ ਪਹਿਲਾਂ ਗਲਤ ਇਸ਼ਾਰੇ ਕੀਤੇ ਉਸ ਤੋਂ ਬਾਅਦ ਉਹਦੇ ਪੁੱਤਰ ਵੱਲੋਂ ਜੀਪ ਚੜਾ ਕੇ ਬੇਕਸੂਰ ਨਿਹੱਥੇ ਕਿਸਾਨਾਂ ਦੀਆਂ ਜਾਨਾਂ ਲਈਆਂ ਗਈਆਂ ਸੋ ਬੜੀ ਨਿੰਦਣਯੋਗ ਗੱਲ ਆ ਸਾਰਾ ਸਮਾਜ ਸਾਰੇ ਵਿਦਿਆਰਥੀ ਹਰ ਵਰਗ ਇਸ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਾ ਕਿਉਂਕਿ ਇਦੋਂ ਘਨਾਉਣਾ ਕੰਮ ਬੀਜੇਪੀ ਦੀ ਸਰਕਾਰ ਨਹੀਂ ਕਰ ਸਕਦੀ ਇਸ ਕਰਕੇ ਤੁਸੀਂ ਦੇਖ ਰਹੇ ਹੋ ਅੱਜ ਵਹੀਰਾ ਘੱਤ ਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਹਰ ਜਿਹਦਾ ਜਿੱਥੇ ਵੀ ਪ੍ਰੋਟੈਸਟ ਹੁੰਦਾ ਅਸੀਂ ਤਾਂ ਇੱਥੇ ਆ ਗਏ ਕੋਈ ਜਲੰਧਰ ਵਾਲੀ ਰੋਡ ਰੋਕੀ ਬੈਠਾ ਕੋਈ ਲੁਧਿਆਣਾ ਰੋਕੀ ਬੈਠਾ ਕੋਈ ਪਟਿਆਲਾ ਰੋਕੀ ਬੈਠਾ ਕੋਈ ਜੀਂਦ ਰੋਕੀ ਬੈਠਾ ਕੋਈ ਰਾਜਸਥਾਨ ਰੋਕੀ ਬੈਠਾ ਇਹ ਕੋਈ ਇਹ ਥੋੜ੍ਹਾ ਅੱਜ ਸਾਰੇ ਦੇਸ਼ ਨੂੰ ਦੁੱਖ ਆ ਕਿਉਂਕਿ ਨਿਹੱਥਿਆਂ 'ਤੇ ਬੇਕਸੂਰਾਂ 'ਤੇ ਅੰਨਦਾਤਾ 'ਤੇ ਜਿਸ ਤਰੀਕੇ ਨਾਲ ਤਸੱਦਦ ਹੋਈ ਆ ਜਿਸ ਤਰੀਕੇ ਨਾਲ ਇਹ ਘਟਨਾ ਹੋਈ ਆ ਕੜੇ ਸ਼ਬਦਾਂ ਵਿੱਚ ਦੀ ਨਿੰਦਾ ਕਰਦੇ ਧੰਨਵਾਦ ਤਾਂ ਇਹਨੇ ਰੋਬਿਨ ਬਰਾੜ ਇੱਥੇ ਪਹੁੰਚੇ ਸੀ ਰੋਬਿਨ ਬਰਾੜ ਜਿਹੜੇ ਆਪਣੇ ਸਮਰਥਕਾਂ ਦੇ ਨਾਲ ਪਹੁੰਚੇ ਸੀ ਅਤੇ ਹੁਣ ਇਹ ਜਿਹੜਾ ਰੋਸ ਪ੍ਰਦਰਸ਼ਨ ਹੈ ਉਹਨਾਂ ਦਾ ਵਿਰੋਧ ਪ੍ਰਦਰਸ਼ਨ ਹੈ ਕੈਂਡਲ ਮਾਰਚ ਹੈ ਜਿਹਨੂੰ ਕਹਿ ਸਕਦੇ ਹਾਂ ਇਹ ਖਤਮ ਕਰ ਦਿੱਤਾ ਗਿਆ ਤਾਂ ਇਸ ਨੂੰ ਲੈ ਕੇ ਜਿਹੜਾ ਲਗਾਤਾਰ ਸਰਗਰਮੀਆਂ ਦਿਖ ਰਹੀਆਂ ਹਾਲਾਂਕਿ ਇਹ ਰਾਜਨੀਤੀ ਇਹ ਸਿਆਸਤ ਇੱਥੇ ਖਤਮ ਨਹੀਂ ਹੋਈ ਹਾਲੇ ਇਸ ਦਾ ਅੱਗੇ ਹੋਣਾ ਬਹੁਤ ਜਿਹੜਾ ਮੰਨਿਆ ਜਾ ਰਿਹਾ ਸੁਭਾਵਿਕ ਮੰਨਿਆ ਜਾ ਰਿਹਾ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਕਿਸਾਨਾਂ ਦੇ ਜਿਹੜਾ ਕਤਲ ਹੋਇਆ ਜੀਪ ਦੇ ਨਾਲ ਰੌਂਦਿਆ ਗਿਆ ਉਸ ਤੋਂ ਨਾਲ ਕਿਤੇ ਨਾ ਕਿਤੇ ਪੂਰੇ ਦੇਸ਼ ਦੇ ਵਿੱਚ ਜਿਹੜਾ ਵਿਰੋਧ ਪ੍ਰਦਰਸ਼ਨ ਹੋ ਰਿਹਾ ਰੋਸ ਹੈ ਕਿਤੇ ਅਤੇ ਰੋਸ ਹਰ ਜਗ੍ਹਾ 'ਤੇ ਦੇਖਣ ਨੂੰ ਮਿਲ ਰਿਹਾ ਰਾਜਨੀਤੀ ਵੀ ਹੋ ਰਹੀ ਆ ਕੁਛ ਲੀਡਰ ਰਾਜਨੀਤੀ ਕਰ ਰਹੇ ਨੇ ਕੁਛ ਦਿਲ ਤੋਂ ਜੁੜੇ ਹੋਏ ਨੇ ਤਾਂ ਇਹ ਤਮਾਮ ਜਿਹੜੀਆਂ ਤਸਵੀਰਾਂ ਨਿਕਲ ਕੇ ਇਸ ਪੂਰੇ ਅੰਦੋਲਨ ਦੇ ਵਿੱਚੋਂ ਸਾਹਮਣੇ ਆ ਰਹੀਆਂ ਨੇ ਕੈਮਰਾਮੈਨ ਦੀਪਕ ਦੇ ਨਾਲ ਅਰਵਿੰਦਰ ਸਿੰਘ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ 'ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ 'ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹ ਪਿਆਰ ਪਾਓ ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਣੋ ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ ਗੋਲਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਉਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾ ਦੇ ਮਾਹਿਰ ਏ ਟੂ ਜ਼ੈਡ ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁਠਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਗਾਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ 'ਚ ਪਰੇਸ਼ਾਨੀ ਘਰ 'ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚਨਬਨ ਜਾਂ ਦੁਟੋਨਾ ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ ਰੁੱਸੇ ਨੂੰ ਮਨਾਉਣਾ ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467